जिहड़ा नौजवान पंजाब दे हक्कां दी गल करदा नताड़क हो के ये जिहड़ा परचा हुकूमत ने पाया है ये तुसी ये नहीं समझना भी कल्ले लखे सधाणे दे उत्ते परचा पिया ये परचा हुकूमत ने हर उस नौजवान ते पाया है जिहड़ा हुकूमत दे दाबे नूं नहीं चलदा जिहड़ा हुकूमत दे अगे वंगार के खड़दा है ये परचा हर उस नौजवान ते है देखो जिहड़ी सरकार है एक मिनट नारे बाद चला लो कोई गल नहीं इत्थे नारे ला के जावांगे आप सर जणे जिहड़ी सरकार है जिहड़ी हुकूमत है उन्हें कोशिश की कीती है उन्हें एक परचा पाया भी देख वेखदे आ भी पंजाब दे जिहड़े नौजवान ने इन्हां दी नब्ज टो के वेखो भी इन्हां ते एक झूठा परचा पा दिओ ते ये बाद कट्ठे होंदे कि नहीं होंदे हुण तुसी कट्ठे होए जो लखे सधाणे की मदद के पिछे जो पिछे खड़न ली मेरी एक तुहानू बेनती है कि अपना जो कुछ भी हैगा है पंजाब दे विच जो साडे नाल धक्का हो रहा है लखे दे पिछे खड़ गए हाँ एक मशहूर चेहरा है पर तुसी अपने मना च एक गल सोच के वेखो कई ऐसे सैकड़े नौजवान होने जिन्हां ते झूठे परचे पए आ जिहड़े जेलां च रोल रहे आ जिन्हां दे पिछे कोई खड़ नहीं सकदा क्योंकि लोगों नूं पता नहीं सो हुकूमत नूं असीं इह गल कहनी चाहुंदे आ भी एक पासे तुसीं नारे दिंदे जो भी भाई मुख धारा च शामिल हो जाओ गैंगस्टरां नूं तुसीं कहिंदे जो भी छड्ड के बंदूकां ते समाज च आ जाओ ते जे कोई समाज च आया ते उहनूं तुसीं झूठे परचे पा के मजबूर करदे जो भी फिर उह काम ते तुरे सो तुसीं जे ते नौजवानां नूं वाकई चाहुंदे जो भी नौजवान मुख धारा च रहन शांतमई रह के संघर्ष करन ते फिर जिहड़ा टोटो के सानूं वेखदे जो वेखणा बंद कर दिओ ਇਹ ਨਾ ਸੋਚੋ ਵੀ ਸਾਡਾ ਖੂਨ ਕਿਤੇ ਚਿੱਟਾ ਹੋ ਗਿਆ ਜਾਂ ਸਾਨੂੰ ਲੜਨਾ ਨਹੀਂ ਆਉਂਦਾ ਸਾਰਾ ਕੁਝ ਸਾਨੂੰ ਕਰਨਾ ਆਉਂਦਾ ਹੈ ਅੱਜ ਉਹਨਾਂ ਮਹਾਨ ਯੋਧਿਆਂ ਦੀ ਬਰਸੀ ਹੈ ਜਦੋਂ ਹਕੂਮਤ ਨੇ ਆਪਣੇ ਕਾਨੂੰਨ ਕਾਇਦੇ ਤੋੜ ਕੇ ਦਰਬਾਰ ਸਾਹਿਬ 'ਤੇ ਹਮਲਾ ਕੀਤਾ ਸੀ ਜਿਹੜਾ ਜਨਰਲ ਵੈਦਿਆ ਕਹਿੰਦਾ ਸੀ ਵੀ ਦੋਵਾਂ ਘੰਟਿਆਂ ਦੀ ਖੇਡ ਆ ਸੰਤਾਂ ਨੂੰ ਫੜ ਕੇ ਗ੍ਰਿਫਤਾਰ ਕਰਕੇ ਬੰਨ ਕੇ ਦਿੱਲੀ ਲੈ ਕੇ ਜਾਊਂਗਾ ਉਸ ਦਰਬਾਰ ਸਾਹਿਬ 'ਤੇ ਹਮਲਾ ਕਰਨ ਵਾਲੇ ਨੂੰ ਪੂਨੇ ਜਾ ਕੇ ਸੁੱਖੇ ਨੇ ਭਾਈ ਜਿੰਦੇ ਨੇ ਠੋਕਿਆ ਸੀ ਅੱਜ ਉਹਨਾਂ ਦੀ ਬਰਸੀ ਹੈ ਉੱਥੇ ਵੀ ਜਾਣਾ ਹੈ ਸੋ ਮੈਂ ਹਕੂਮਤ ਨੂੰ ਇਹ ਗੱਲ ਕਹਿਣੀ ਚਾਹੁੰਦਾ ਹਾਂ हुकूमत नूं मैं इह गल कहनी चाहुंदा है भी जे तुसीं चाहुंदे हो भी पंजाब दा नौजवान उस राह ते ना तुरे ते कानून तुहाडे हथ च कानून दी जिहड़ी किताब तुहाडे हथ जज तुहाडे ने कोर्ट तुहाडे ने पुलिस तुहाडी है जिहड़ी जांच हुण होई है भी लखा निर्दोश है पहलां की हुंदा सी पहलां तुहाडे कोल ऐनकां नहीं सी लगियां जां तुहाडी निगाह घट गई सी भी तुहानूं पता नहीं लगा भी लखा दोषी है कि निर्दोष है जिहड़ा नौजवान नशियां दे खिलाफ बोलदा है उसे नौजवान ते नशियां दा परचा पाता है ਇਹ ਕਿੱਡੀ ਬੇਸ਼ਰਮੀ ਅਤੇ ਬੇਹਾਈ ਦੀ ਗੱਲ ਹੈ ਇੱਕ ਮੈਂ ਅਪੀਲ ਅਖੀਰ ਅਤੇ ਪੁਲਿਸ ਵਾਲੇ ਜਵਾਨਾਂ ਨੂੰ ਕਰਨੀ ਹੈ ਦੇਖੋ ਤੁਸੀਂ ਇੱਥੇ ਰਹਿਣਾ ਪੱਕੇ 5 ਸਾਲੀ ਕੁਰਸੀ ਬਦਲ ਜਾਂਦੀ ਹੈ ਤੁਸੀਂ ਇਹ ਹਕੂਮਤ ਕੀ ਕਰਦੀ ਹੈ ਵੀ ਤੁਹਾਡੇ ਸਿਰ 'ਤੇ ਤੁਹਾਡੇ ਮੋਢੇ 'ਤੇ ਬੰਦੂਕ ਰੱਖ ਕੇ ਨੌਜਵਾਨਾਂ 'ਤੇ ਚਲਾਉਂਦੀ ਹੈ ਪਹਿਲਾਂ ਪਰਚਾ ਪਵਾਤਾ ਹੈ ਫਿਰ ਤੁਹਾਡੇ ਕੋਲੋਂ ਸਪਸ਼ਟੀਕਰਨ ਦਵਾਇਆ ਵੀ ਨਹੀਂ ਜੀ ਅਸੀਂ ਜਾਂਚ ਕਰ ਲਈ ਹੈ ਹਕੂਮਤ ਆਪਣੇ ਆਪ ਨੂੰ ਫਿਰ ਬਰੀ ਕਰ ਗਈ ਹੋ ਸਕਦਾ ਇੱਥੇ ਇਕੱਠ ਨਾ ਕਰਦੇ ਵੀ ਪਰਚਾ 'ਤੇ ਵਾਪਸ ਹੋ ਗਿਆ ਪਰ ਇਕੱਠ ਕਿਉਂ ਕੀਤਾ ਹੈ ਉਹਦਾ ਕਾਰਨ ਇਹ ਹੈ ਵੀ ਹਕੂਮਤ ਨੂੰ ਇਹ ਸਮਝ ਲਓ ਵੀ ਇੱਥੇ ਜਿੰਨੇ ਬੈਠੇ ਨੇ ਉਹ ਲੱਖੇ ਸਧਾਣੇ ਬੈਠੇ ਨੇ ਕਿਸੇ ਵੀ ਇੱਕ ਨੌਜਵਾਨ ਦੇ ਨਾਲ ਤੁਸੀਂ ਧੱਕਾ ਕਰਦੇ ਜੋ ਤਾਂ ਇੱਦਾਂ ਕੌਮ ਇਕੱਠੀ ਹੋਣੀ ਸਿੱਖੇ ਇੱਕ ਅਪੀਲ ਮੈਂ ਅਖੀਰ 'ਤੇ ਸਾਰੇ ਥਾਂ 'ਤੇ ਜਾ ਕੇ ਕਰਦਾ ਇੱਥੇ ਵੀ ਕਰਨੀ ਹੈ ਉਹ ਅਪੀਲ ਮੇਰੀ ਇਹ ਹੈ ਵੀ ਅਸੀਂ ਛਿੱਤਰ ਤਾਂ ਖਾ ਰਹੇ ਹਾਂ ਖਵਾਰੀ ਸਾਡੀ ਤਾਂ ਹੋ ਰਹੀ ਹੈ ਕਿਉਂਕਿ ਅਸੀਂ ਗੁਰੂ ਤੋਂ ਬੇਮੁੱਖ ਹੋ ਗਏ ਗੁਰੂ ਨੂੰ ਪਿੱਠ ਵਿਖਾ ਦਿੱਤੀ ਹੈ ਮੂੰਹ ਸਿਰ ਮਨਾਲੇ ਨੇ ਤੰਬਾਕੂ ਲਾਉਂਦੇ ਹਾਂ ਜਰਦੇ ਲਾਉਂਦੇ ਹਾਂ ਨਸ਼ੇ ਪੱਤੇ ਕਰਦੇ ਹਾਂ ਟੀਕੇ ਲਾ ਲਾ ਮਰੀ ਜਾਂਦੇ ਹਾਂ ਅਤੇ ਹਕੂਮਤ ਨੂੰ ਪਤਾ ਵੀ ਇਹ ਕੰਮ ਕਰਦੇ ਮਰੀ ਜਾਣ ਕੋਈ ਗੱਲ ਨਹੀਂ ਸੋ ਇਸ ਕਰਕੇ ਜਿੰਨਾ ਚਿਰ ਗੁਰੂ ਘਰ ਨਹੀਂ ਵੜਦੇ ਜਿੰਨਾ ਚਿਰ ਆਨੰਦਪੁਰ ਘਰੇ ਨਹੀਂ ਵੜਦੇ ਜਿੰਨਾ ਚਿਰ ਖੰਡੇ ਬਾਟੇ ਦੀ ਪੌਲ ਛੱਕ ਕੇ ਅੰਮ੍ਰਿਤਧਾਰੀ ਨਹੀਂ ਬਣਦੇ ਅਤੇ ਭੈ ਤੋਂ ਮੁਕਤ ਨਹੀਂ ਹੁੰਦੇ ਬਾਣੀ ਕੀ ਕਹਿੰਦੀ ਹੈ ਪਹਿਲਾਂ ਮਰਨ ਕਬੂਲ ਜੀਵਨ ਕੀ ਛੱਡਿਆਸ ਹੋ ਸਭਨਾ ਕੀ ਰੇਣਕਾ ਤੋਂ ਆਓ ਹਮਾਰੇ ਪਾਸ ਜਿਹੜੀ ਬਾਣੀ ਸਤਿਗੁਰ ਸੱਚੇ ਪਾਤਸ਼ਾਹ ਦੀ ਹਰ ਮੌਕੇ 'ਤੇ ਤੁਹਾਨੂੰ ਭੈ ਤੋਂ ਮੁਕਤ ਕਰਦੀ ਹੈ ਉਸ ਬਾਣੀ ਨੂੰ ਪੜ੍ਹਨਾ ਬਾਣੀ ਬਾਣੇ ਦੇ ਧਾਰਨੀ ਬਣਨਾ ਫਿਰ ਪੰਜਾਬ ਦੇ ਵਿੱਚ ਸਾਨੂੰ ਆਜ਼ਾਦੀ ਮਿਲਣੀ ਹੈ ਨਹੀਂ ਤਾਂ ਅੱਜ ਲੱਖੇ 'ਤੇ ਪਰਚਾ ਪਿਆ ਹੈ ਕੱਲ੍ਹ ਨੂੰ ਕੋਈ ਹੋਰ ਲੱਖ ਆ ਜਾਊਗਾ ਇੱਥੇ 3-4 ਲੱਖ ਲੱਖੇ ਵਰਗੇ ਨੌਜਵਾਨ ਅਗਲਿਆਂ ਗੋਲੀ ਨਾਲ ਮਾਰ ਦਿੱਤੇ ਨੇ 8-10 ਲੱਖ ਨੌਜਵਾਨ ਨਸ਼ਿਆਂ ਦਾ ਟੀਕਾ ਨਾਲ ਮਾਰ ਦਿੱਤੇ ਨੇ ਕੰਧਾ ਕੰਧਾਂ ਜਿਹੜੇ ਪੁੱਤ ਸੀ ਨੌਜਵਾਨ ਜਿਹੜੇ ਨਸ਼ੇ ਦਾ ਟੀਕਾ ਨਾੜ ਚਲਾ ਕੇ ਮਰ ਗਏ ਨੇ ਸੋ ਹਕੂਮਤ ਮੇਰੀ ਇਨਕੁਆਇਰੀ ਵੀ ਕਹਿੰਦੇ ਕਰ ਰਹੇ ਆ ਕੋਈ MLA ਬਿਆਨ ਦੇ ਦਿੰਦਾ ਵੀ ਜੇਲ੍ਹ 'ਚ ਸੁੱਟ ਦਿਓ ਕੋਈ ਮੰਤਰੀ ਬਿਆਨ ਦਿੰਦਾ ਵੀ ਇਹਨਾਂ ਨੂੰ ਫੜ ਕੇ ਮਾਰ ਦਿਓ ਗੋਲੀ ਕਿਤੇ ਮੈਂ ਗੱਲ ਕਹਿੰਦਾ ਵੀ ਤੁਹਾਨੂੰ ਨਾ ਹੱਥ ਨਹੀਂ ਲੱਗੇ ਚੰਗੀ ਤਰ੍ਹਾਂ ਕਿਸੇ ਦੇ
ਤੁਸੀਂ ਮੂੰਹ ਚੁੱਕ ਕੇ ਬਿਆਨ ਦੇ ਦਿੰਦੇ ਜੋ ਵੀ ਫਲਾਣੇ ਨੂੰ ਫੜ ਲਿਓ, ਫਲਾਣੇ ਨੂੰ ਫੜ ਲਿਓ, ਵੀ ਤੁਹਾਨੂੰ ਕੀ ਲੱਗਦਾ ਵੀ ਅਸੀਂ ਕਾਲ ਕੋਠੜੀ ਕੋਈ ਜੇਲ੍ਹ ਚੂਲ ਨਹੀਂ ਵੇਖੀ ਕਦੀ? ਜੇ ਸਾਨੂੰ ਡਰ ਲੱਗਦਾ, ਅਸੀਂ ਉਹਨਾਂ ਦੀ ਕੌਮ 'ਚੋਂ ਹਾਂ ਜਿਹਨਾਂ ਬੰਦ ਬੰਦ ਕਟਾਇਆ, ਜਿਹਨਾਂ ਆਰਿਆਂ 'ਤੇ ਚੜ੍ਹੇ ਆ, ਜਿਹਨਾਂ ਰੰਬੀਆਂ ਫਰਾਈਆਂ ਆਪਣੇ ਸਰੀਰ ਦੇ ਉੱਤੇ, ਜਿਹਨਾਂ ਦਾ ਜਮੂਰਾਂ ਨਾਲ ਮਾਸ ਨੋਇਆ ਗਿਆ। ਸੋ ਸਾਨੂੰ ਇਹ ਜੇਲ੍ਹਾਂ ਜੂਲਾਂ ਦੇ ਡਰਾਵੇ ਨਾ ਪਾਓ। ਜੇ ਕੋਈ ਤੁਸੀਂ ਕੰਮ ਕਰਨਾ ਤਾਂ ਤੁਹਾਡੇ ਹੱਥ 'ਚ ਕਾਨੂੰਨ ਹੈ, ਤੁਹਾਡੇ ਹੱਥ 'ਚ ਕਾਨੂੰਨ ਦੀ ਕਿਤਾਬ ਹੈ, ਪੁਲਿਸ ਹੈ, ਫੌਜ ਹੈ, ਜੱਜ, ਸਾਰਾ ਕੁਝ ਤੁਹਾਡੇ ਕੋਲ, ਸਾਡੇ ਕੋਲ ਕੁਛ ਨਹੀਂਗਾ। ਜੇ ਕੁਝ ਕਰਨਾ ਹੈ ਤਾਂ ਕਾਨੂੰਨ ਦੀ ਵਿਵਸਥਾ ਸੁਧਾਰ ਲਓ, ਨਹੀਂ ਤਾਂ ਦੁਨੀਆਂ ਦੇ ਉੱਤੇ ਕੋਈ ਐਸਾ ਰਾਜ ਨਹੀਂ ਟਿਕਿਆ ਜਿਹਨੇ ਆਪਣੀ ਪ੍ਰਜਾ ਦੇ ਨਾਲ ਧੱਕਾ ਕੀਤਾ ਹੋਵੇ ਅਤੇ ਕੋਈ ਰਾਜਾ ਦਾਅਵਾ ਕਰ ਸਕਦਾ ਮੈਂ ਸਦੀਵੀ ਰਹਿਣਾ ਇੱਥੇ, ਰਾਜ ਇਹ ਵੀ ਨਹੀਂ ਰਹਿਣਾ। ਸੋ ਇਸ ਕਰਕੇ ਨਾ ਰਾਜ ਦੀ ਗੱਲ ਕਰਨ ਤੋਂ ਆਪਾਂ ਝਗਣਾ, ਇਹ ਸਾਡਾ ਅਧਿਕਾਰ ਹੈ। ਮਹਾਰਾਜ ਨੇ ਕਿਹਾ ਰਾਜ ਬਿਨਾਂ ਨਾ ਧਰਮ ਚੱਲੇ ਹੈ, ਧਰਮ ਬਿਨਾਂ ਸਭ ਦਲੇ ਮਲੇ ਹੈ। ਰਾਜ ਤੋਂ ਬਿਨਾਂ ਕੁਛ ਨਹੀਂ ਚੱਲਦਾ, ਅਤੇ ਰਾਜ ਤੋਂ ਬਿਨਾਂ ਧਰਮ ਨਹੀਂ ਚੱਲਦਾ, ਧਰਮ ਤੋਂ ਬਿਨਾਂ ਸਾਡੇ ਪੱਲੇ ਕੀ ਹੈ? ਸਾਨੂੰ ਜਿਹੜੀ ਜ਼ਿੰਦਗੀ 'ਚੋਂ ਕੱਢ ਕੇ ਮਾਲਕ ਸੱਚੇ ਪਾਤਸ਼ਾਹ ਨੇ ਸਰਦਾਰ ਬਣਾਇਆ ਅਤੇ ਕਿਹਾ ਵੀ ਇਹਨ ਗਰੀਬ ਸਿੱਖ ਉਹਨਾਂ ਕੋ ਦਿਉਂ ਪਾਤਸ਼ਾਹੀ, ਅੱਜ ਉਸ ਤੋਂ ਪਿੱਠ ਵਿਖਾਉਣ ਦਾ ਕਰਕੇ ਸਾਡੀ ਖੁਆਰੀ ਹੋ ਰਹੀ ਹੈ। ਇੰਨੀਆਂ ਕੁ ਬੇਨਤੀਆਂ ਕਰਨੀਆਂ, ਅਸੀਂ ਅੱਗੇ ਜਾਣਾ, ਡਟ ਕੇ ਸਾਥ ਦੇਣਾ ਨੌਜਵਾਨਾਂ ਦਾ। ਕੋਈ ਵੀ ਨੌਜਵਾਨ ਹੋਵੇ ਜਿੱਥੇ ਪਰਚਾ ਪੈਂਦਾ ਕਿਸੇ 'ਤੇ, ਕਿਸੇ ਸਿੱਖ ਦੀ ਪੱਗ ਨੂੰ ਕੋ ਹੱਥ ਪਾਉਂਦਾ, ਗੁਰੂ ਮਹਾਰਾਜ ਦੀ ਬਦਵੀ ਕਰਨ ਦਾ ਖਿਆਲ ਕਿਸੇ ਦੇ ਮਨ 'ਚ ਆਉਂਦਾ, ਕੋਈ ਚਿੱਟਾ ਵੇਚਣ ਵਾਲਾ ਵਪਾਰੀ ਹੈ, ਸਭ ਦਾ ਡਟ ਕੇ ਮੁਕਾਬਲਾ ਕਰਨਾ। ਪ੍ਰਸ਼ਾਸਨ ਦੇ ਹੱਥ ਖੜ੍ਹੇ ਹੋ ਗਏ ਨੇ, ਇਹ ਕਹਿੰਦੇ ਸਾਡੇ ਵੱਸ ਦੀ ਗੱਲ ਨਹੀਂ, ਤੁਸੀਂ ਆਪ ਕਰ ਲਓ। ਸੋ ਨੌਜਵਾਨਾਂ ਨੂੰ ਅਪੀਲ ਹੈ ਵੀ ਤੁਸੀਂ ਆਪਣੇ ਮੋਢਿਆਂ ਦੇ ਉੱਤੇ ਭਾਰ ਚੁੱਕੋ। ਇੰਨੀਆਂ ਕੁ ਗੱਲਾਂ ਦਾ ਖੇਮਾ ਦਾ ਜਾ ਚੁੱਕਿਆਂ।